ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਇੱਕ ਵਫਦ NDMC ਦੇ ਚੇਅਰਮੈਨ ਨਰੇਸ਼ ਕੁਮਾਰ ਨਾਲ ਮੁਲਾਕਾਤ ਕਰਨ ਪਹੁੰਚਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ RP ਸਿੰਘ ਅਤੇ ਕੌਂਸਲਰ ਪਰਮਜੀਤ ਸਿੰਘ ਰਾਣਾ ਮੌਜੂਦ ਰਹੇ। ਜ਼ਿਕਰ ਖਾਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਦਾ 6 ਜੂਨ 2017 ਨੂੰ 150ਵਾਂ ਜਨਮ ਦਿਹਾੜਾ ਆ ਰਿਹਾ। ਪੱਤਰ ਵਿੱਚ ਦਿੱਲੀ ਕਮੇਟੀ ਅਤੇ RP ਦੇ NDMC ਨੂੰ ਬਾਬਾ ਖੜਕ ਸਿੰਘ ਮਾਰਗ ਤੇ ਉਹਨਾਂ ਦਾ ਇਤਿਹਾਸ ਫੋਟੋ ਸਮੇਤ ਇੱਕ ਸਟੀਲ ਪਲੇਟ ਤੇ ਲਗਾਉਣ ਦੀ ਮੰਗ ਕੀਤੀ ਹੈ। ਜੀਕੇ ਨੇ ਕਿਹਾ ਕਿ ਜਦੋਂ ਬਾਬਾ ਖੜਕ ਸਿੰਘ ਨੇ ਚਾਬੀਆਂ ਦਾ ਮੋਰਚਾ ਜਿੱਤਿਆ ਸੀ ਤਾਂ ਮਹਾਤਮਾ ਗਾਂਧੀ ਨੇ ਇਸ ਜਿੱਤ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਜਿੱਤਣ ਦੇ ਤੌਰ ਤੇ ਦੱਸਦੇ ਹੋਏ ਬਾਬਾ ਖੜਕ ਸਿੰਘ ਨੂੰ ਟੈਲੀਗ੍ਰਾਮ ਭੇਜ ਕੇ ਵਧਾਈ ਦਿੱਤੀ ਸੀ। RP ਸਿੰਘ ਹੋਰਾਂ ਨੇ ਵੀ ਇਹ ਰਿਪ੍ਰੈਜੈਂਟੇਸ਼ਨ ਦਿੱਤੀ ਹੈ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਵੀ ਦਿੱਤੀ ਹੈ ਕਿ ਬਾਬਾ ਖੜਕ ਸਿੰਘ ਜੀ ਦਾ 6 ਜੂਨ ਨੂੰ 150 ਸਾਲ ਉਹਨਾਂ ਦੀ ਜਨਮ ਸ਼ਤਾਬਦੀ ਆ ਰਹੀ ਹੈ। ਖੜਕ ਸਿੰਘ ਰੋਡ ਦੇ ਉੱਤੇ ਇੱਕ ਸਟੀਲ ਦੀ ਪਲੇਟ ਜਿਹਦੇ ਵਿੱਚ ਉਹਨਾਂ ਦਾ ਚਿੱਤਰ ਵੀ ਇੰਬੋਸਟ ਹੋਵੇ ਔਰ ਉਹਨਾਂ ਦੀ ਹਿਸਟਰੀ ਸਾਰੀ ਲਿਖੀ ਹੋਵੇ, ਕਿਉਂਕਿ ਅੱਜ ਬਾਬਾ ਖੜਕ ਸਿੰਘ ਬਾਰੇ ਲੋਕਾਂ ਨੂੰ ਪਤਾ ਨਹੀਂ ਔਰ ਇਹ ਉਹ ਸ਼ਖਸੀਅਤ ਸਨ ਕਿ ਜਿਨ੍ਹਾਂ ਨੂੰ ਮਹਾਤਮਾ ਗਾਂਧੀ ਨੇ ਟੈਲੀਗ੍ਰਾਮ ਪਾਈ ਸੀਗੀ ਜਦੋਂ ਉਹਨਾਂ ਨੇ ਜੰਗ ਜਿੱਤੀ ਸੀ, ਗੁਰਦੁਆਰੇ ਆਜ਼ਾਦ ਕਰਾਏ ਸੀਗੇ। ਇਹ ਲਿਖਿਆ ਸੀਗਾ ਕਿ ਅੱਜ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਗਈ ਹੈ। ਸੋ ਮੈਂ ਸਮਝਦਾ ਕਿ ਬਹੁਤ ਵੱਡਾ ਹਿਸਟੋਰੀਕਲ ਬੈਕਗਰਾਊਂਡ ਹੈ ਬਾਬਾ ਖੜਕ ਸਿੰਘ ਜੀ ਦਾ ਔਰ ਉਸ ਨੂੰ ਥਾਂ ਆਲਰੇਡੀ ਸਰਕਾਰ ਨੇ ਉਹ ਰੋਡ ਦਾ ਨਾਂ ਲਿਖਿਆ, ਪਰ ਉੱਥੇ ਹਿਸਟਰੀ ਵੀ ਜ਼ਰੂਰ ਹੋਣੀ ਚਾਹੀਦੀ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਡੈਲੀਗੇਸ਼ਨ ਔਰ BJP ਤੋਂ RP ਸਿੰਘ ਔਰ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇੱਕ ਅਗਵਾਈ ਦੇ ਵਿੱਚ ਇੱਥੇ ਆਏ ਹਾਂ ਔਰ ਜਿਹੜਾ ਕਿ ਸਿੱਖ ਇਤਿਹਾਸ ਕਿਤੇ ਨਾ ਕਿੱਥੇ ਜਿਹਨਾਂ ਦੇਸ਼ ਦੀ ਆਜ਼ਾਦੀਆਂ ਵਾਸਤੇ ਬਹੁਤ ਕੰਮ ਕੀਤੇ ਨੇ ਉਹਨਾਂ ਸਿੱਖਾਂ ਦਾ ਇਤਿਹਾਸ ਦੁਬਾਰਾ ਤੋਂ ਆਉਣ ਵਾਲੀ ਪਨੀਰੀ ਨੂੰ ਦੱਸੀਏ, ਇਹਨਾਂ ਬਾਰੇ ਜਾਗਰੂਕ ਕਰੀਏ। ਇਸੇ ਕਰਕੇ ਅੱਜ NDMC ਦੇ ਚੇਅਰਮੈਨ ਨੂੰ ਮਿਲਿਆ ਕਿ ਜਿੰਨੀਆਂ ਕੁਰਬਾਨੀਆਂ ਕਾਲਾ ਪਾਣੀ ਔਰ ਫਾਸੀ ਸਿੱਖਾਂ ਦਿੱਤੀਆਂ ਨੇ ਔਰ ਉਹਦੇ ਵਿੱਚ ਪਹਿਲਾਂ ਚਾਬੀਆਂ ਦਾ ਮੁੱਲ ਦਿੱਤਿਆ, ਉਸ ਦੇ ਬਾਰੇ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਔਰ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰ ਸਕੀਏ ਕਿ ਸਿੱਖਾਂ ਦੀ ਕਿੰਨੀ ਵੱਡੀ ਕੁਰਬਾਨੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਅਸੀਂ ਅੱਜ ਇਸ ਕਰਕੇ ਬੇਨਤੀ ਕੀਤੀ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਉਹ ਯਾਦ ਰਹੇ ਕਿ ਇਤਿਹਾਸ ਦਾ ਕੀ ਕੰਮ ਕੀਤਾ। ਇਹ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਉਹ ਬਾਬਾ ਖੜਕ ਸਿੰਘ ਨੇ ਜਿੱਤੀ, ਉਹ ਅਸੀਂ ਨਰੇਸ਼ ਕੁਮਾਰ ਜੀ ਮਿਲੇ ਹਾਂ ਔਰ ਮਨਜੀਤ ਸਿੰਘ ਜੀ ਸਥਾਨ ਸਨ, ਰਾਣਾ ਸਾਹਿਬ ਨਾਲ ਸਨ, ਉਹਨੇ ਕਬੂਲ ਕਰ ਲਿਆ ਕਿ ਆਪਾਂ ਕਰਾਂਗੇ ਗੱਲ ਨੂੰ। ਉਹ ਟਾਈਮ ਦੇਖ ਕੇ ਜਦ ਵੀ ਲੱਗੇ ਮੌਕਾ ਔਰ ਮਨਜੀਤ ਸਿੰਘ ਜੀ ਨਾਲ ਗੱਲ ਕਰਕੇ ਤੈਅ ਕਰਕੇ ਉਹਦੇ ਕੀ ਲਿਖਿਆ ਨਾ ਕੀ ਇਤਿਹਾਸ ਜਾਣਾ ਉਹ ਮਨਜੀਤ ਸਿੰਘ ਨਾਲ ਗੱਲ ਕਰਕੇ ਉਹ ਮੈਨੂੰ ਲੱਗਦਾ ਕਿ ਜਲਦ ਤੋਂ ਜਲਦ ਹੋਏਗਾ ਔਰ ਜਿਸ ਦਿਨ ਉਹ ਹੋਏਗਾ ਉਸ ਦਿਨ ਮੈਂ ਸਰਦਾਰ ਮਨਜੀਤ ਸਿੰਘ ਰਿਕੁਐਸਟ ਕੀਤੀ ਹੈ ਕਿ ਉਸ ਦਿਨ ਆਪਾਂ ਇੱਕ ਸੈਮੀਨਾਰ ਜਾਂ ਇੱਕ ਟਾਕ ਵੀ ਰੱਖੀ ਹੈ ਤਾਂ ਕਿ ਲੋਕ ਔਰ ਉਹਦੇ 'ਚ ਅਸੀਂ ਜਿਹੜੇ ਦਿੱਲੀ ਦੇ ਪ੍ਰਮੁੱਖ ਲੋਕ ਇਹਨਾਂ ਨੂੰ ਬੁਲਾਈਏ ਔਰ ਉਹ ਦੱਸੀਏ ਕਿ ਇਤਿਹਾਸ ਦਾ ਕੀ ਵਰਕ ਹੈ ਜਿਹੜਾ ਫਿੱਕਾ ਪੈ ਗਿਆ ਸੀ ਉਹਨੂੰ ਵਾਪਸ ਉਹਨਾਂ ਲੋਕਾਂ ਨੂੰ ਚੇਤੇ ਦਿਲਾਈਏ। ਉਹ ਮਨਜੀਤ ਸਿੰਘ ਨੇ ਮੇਰੀ ਰਿਕੁਐਸਟ ਕਬੂਲ